हेलो स्टूडेंट्स स्टूडेंट्स ਆਪਾਂ ਪਿਛਲੇ ਲੈਕਚਰ ਦੇ ਵਿੱਚ ਇੱਕ ਥਿਓਰਮ ਦਾ ਪ੍ਰੂਫ ਕਰ ਰਹੇ ਸੀ ਜਿਹਦੇ ਆਪਾਂ 7 ਪਾਰਟਸ ਡਨ ਕਰ ਲਏ ਸੀ ਤੇ ਅੱਜ ਆਪਾਂ ਉਹਦੇ ਜਿਹੜੇ ਰਿਮੇਨਿੰਗ ਪਾਰਟਸ ਆ ਉਹ ਇਸ ਲੈਕਚਰ ਦੇ ਵਿੱਚ ਕੰਪਲੀਟ ਕਰ ਲਾਂਗੇ ਤਾਂ 8th ਪਾਰਟ ਵੀ ਆ ਉਸ ਥਿਓਰਮ ਦਾ a plus a into b equal to a for all a comma b belongs to b 9th ਪਾਰਟ ਕੀ ਹੈ a into a plus b equal to a for all a comma b belongs to b ਇਹਨੂੰ ਅਬਜ਼ਰਪਸ਼ਨ ਲਾ ਬੋਲਦੇ ਨੇ ਕਿ ਜੇ ਕੋਈ ਦੋ ਮੈਂਬਰ a ਤੇ b ਪੋਲੀਨ ਅਲਜਬਰਾ ਦੇ ਹੈ ਤਾਂ a plus a dot b ਜਾਂ a plus a into b equal to b ਦੇ ਬਰਾਬਰ ਸ਼ੋ ਕਰਾਂਗੇ a ਦੇ ਬਰਾਬਰ ਔਰ ਅਗਲੇ ਪਾਰਟ ਕੀ ਕਰਾਂਗੇ a into a plus b equal to a ਤਾਂ ਦੇਖੋ ਪਹਿਲਾਂ ਇਹਦਾ ਪ੍ਰੂਫ ਦੇਖੋ ਇਸ ਦਾ a plus a into b ਜਿਹੜਾ ਪਹਿਲੀ ਟਰਮ a ਆ ਉਹਦੇ ਵਿੱਚ ਮੈਂ ਲਿਖਦਾ a into 1 ਕਿਉਂਕਿ a into 1 ਇਹਦੇ ਬਰਾਬਰ ਹੀ ਹੁੰਦਾ ਪਲੱਸ ਸੈਕਿੰਡ ਟਰਮ ਐਜ਼ ਇਟ ਇਜ਼ ਰੱਖ ਲਈ a into b ਹੁਣ ਇਸ ਤੇ ਡਿਸਟ੍ਰੀਬਿਊਟਿਵ ਲਾ ਲਗਾਉਣ ਲੱਗਿਆ ਕਿਸ ਤੇ a into 1 plus a into b ਕੀ ਆ ਜੂ a into 1 plus b ਹੁਣ ਇਸ ਤੇ ਆਪਾਂ ਕੰਮੂਟੇਟਿਵ ਲਗਾ ਸਕਦੇ 1 plus b ਤੇ ਕੀ ਬਣ ਜੂ b plus 1 ਤਾਂ ਕੀ ਬਣ ਗਿਆ a into b plus 1 ਔਰ ਆਪਾਂ ਪਿਛਲੇ ਲੈਕਚਰ ਚ ਪੜਿਆ ਸੀ a plus 1 equal to 1 for all a belongs to b ਤਾਂ b ਵੀ b ਦਾ ਐਲੀਮੈਂਟ ਆ ਸੈਟ ਤਾਂ ਆਪਣੇ ਕੋਲ b plus 1 b 1 ਦੇ ਬਰਾਬਰ ਬਣ ਜਾ ਉੱਥੇ ਆਪਾਂ ਕੀ ਪੜਿਆ ਸੀ a plus 1 equal to 1 for all a belongs to b ਤਾਂ ਇਹ ਵੀ ਆਪਣੇ ਕੋਲ b plus 1 equal to 1 ਯੂਜ਼ ਕਰਕੇ ਤਾਂ ਕੀ ਬਣ ਗਿਆ a into 1 a into 1 ਕਿਹਦੇ ਬਰਾਬਰ ਹੁੰਦਾ a ਤਾਂ ਹੈਂਸ ਪ੍ਰੂਵ ਹੋ ਗਿਆ a plus a into b equal to ਨੈਕਸਟ 9th ਪਾਰਟ ਜੇ ਸਟੂਡੈਂਟਸ 8th ਦੀ ਸਟੇਟਮੈਂਟ ਨੂੰ ਦੇਖੀਏ ਤਾਂ ਜਿੱਥੇ ਆਪਣੇ ਕੋਲ ਡਾਟ ਹੈ ਤੇ ਉਹਨੂੰ ਪਲੱਸ ਦੇ ਵਿੱਚ ਬਦਲ ਦਿਓ ਜਿੱਥੇ ਆਪਣੇ ਕੋਲ ਪਲੱਸ ਆ ਉਹਨੂੰ ਡਾਟ 'ਚ ਦੈਟ ਇਜ਼ ਪਲੱਸ ਨੂੰ ਇੰਟੂ 'ਚ ਤੇ ਇੰਟੂ ਨੂੰ ਪਲੱਸ 'ਚ ਚੇਂਜ ਕਰੋਗੇ ਤਾਂ ਡੈਫੀਨੇਟਲੀ ਜਿਹੜਾ ਆਪਣੇ ਕੋਲੇ 8th ਤੋਂ ਬਾਅਦ 9th ਆਪਣੇ ਆਪ ਹੀ ਹੋਲਡ ਹੋ ਜਾਣਾ ਤੇ ਔਰ ਇਹ ਆਪਣੇ ਕੋਲ ਡੂਅਲ ਬਣ ਗਿਆ ਪਰ ਬੋਲੀਅਨ ਅਲਜਬਰੇ ਦੇ ਵਿੱਚ ਜੇ ਕੋਈ ਸਟੇਟਮੈਂਟ ਹੁੰਦੀ ਹੈ ਤਾਂ ਉਹਦਾ ਡੂਅਲ ਵੀ ਆਪਣੇ ਕੋਲ ਟ੍ਰੂ ਹੁੰਦਾ ਤਾਂ ਆਪਾਂ ਇਵੇਂ ਵੀ ਕਹਿ ਸਕਦੇ ਪਰ ਇਹਦਾ ਮੈਂ ਇੰਡੀਪੈਂਡੈਂਟ ਪ੍ਰੂਫ ਦੇ ਦਿੰਦਾ a into a plus b ਨੂੰ ਕਿਹਦੇ ਬਰਾਬਰ ਸ਼ੋ ਕਰੂੰਗਾ a ਤਾਂ ਪਹਿਲੇ a ਨੂੰ ਮੈਂ a plus 0 ਲੈ ਲਿਆ ਕਿਉਂਕਿ a plus 0 equal to a ਹੁੰਦਾ into a plus ਐਜ਼ ਇਟ ਇਜ਼ ਰਹਿੰਦਾ ਹੁਣ a plus 0 into a plus b ਤੇ ਮੈਂ ਡਿਸਟ੍ਰੀਬਿਊਟਿਵ ਲਾ ਲਗਾਉਣ ਲੱਗਿਆ ਕਿ a plus 0 into a plus 0 into b ਔਰ 0 into b ਨੂੰ b into 0 ਲੈ ਲਿਆ ਇਸ ਟਾਈਮ ਜਦ ਕਿ ਆਪਾਂ ਪੜਿਆ ਸੀ ਪਿਛਲੇ ਲੈਕਚਰ ਚ a into 0 equal to 0 for all a belongs to b ਤਾਂ b into 0 ਵੀ 0 ਦੇ ਬਰਾਬਰ ਹੈ ਤਾਂ ਕੀ ਬਣ ਗਿਆ a plus 0 a plus 0 ਹੁੰਦਾ ਕਿਹਦੇ ਬਰਾਬਰ a ਤਾਂ ਹੈਂਸ a ਆਪਣੇ ਕੋਲ into a plus b ਕਿਹਦੇ ਬਰਾਬਰ ਆ ਗਿਆ a for all a, b belongs to 10th part a complement ਦਾ complement equal to a for all a belongs to b ਤਾਂ ਜੇ b ਦਾ ਕੋਈ ਵੀ ਮੈਂਬਰ ਆਪਾਂ ਪਿਕ ਕਰ ਲਈਏ ਤਾਂ ਉਹਦੇ ਕੰਪਲੀਮੈਂਟ ਦਾ ਕੰਪਲੀਮੈਂਟ a ਦੇ ਬਰਾਬਰ ਹੀ ਆ ਜੂ ਤਾਂ ਆਪਾਂ ਨੂੰ ਇਹ ਪਤਾ ਬੋਲੀ ਨਾਲ ਜਬੜੇ ਦੇ ਬੇਸ ਤੇ ਕਿ a ਜੇ b ਦਾ ਮੈਂਬਰ ਤਾਂ ਦੇਰ ਜਸਟ a ਕੰਪਲੀਮੈਂਟ b ਦਾ ਮੈਂਬਰ ਆ ਕੇ ਸੱਚ ਦੈਟ ਕੀ ਹੈ ਨਾ a plus a ਕੰਪਲੀਮੈਂਟ ਇਕੁਅਲ ਟੂ 1 ਐਂਡ a into a ਕੰਪਲੀਮੈਂਟ ਇਕੁਅਲ ਟੂ 0 ਹੁਣ ਕਮੋਡਿਟਿਵ ਲਾ ਹੋਲਡ ਕਰਦਾ ਹੁੰਦਾ ਤਾਂ a plus a ਕੰਪਲੀਮੈਂਟ ਨੂੰ ਮੈਂ a ਕੰਪਲੀਮੈਂਟ plus a ਵੀ ਲਿਖ ਸਕਦਾ ਉਹ ਕਿਹਦੇ ਬਰਾਬਰ ਆ ਗਏ 1 ਐਂਡ a into a ਕੰਪਲੀਮੈਂਟ ਨੂੰ ਮੈਂ a ਕੰਪਲੀਮੈਂਟ into a ਵੀ ਲਿਖ ਸਕਦਾ ਉਹ ਕਿਹਦੇ ਬਰਾਬਰ ਆ ਗਏ 0 ਤਾਂ ਸਟੂਡੈਂਟਸ ਇੱਥੇ ਦੇਖੋ a ਕੰਪਲੀਮੈਂਟ plus a 1 ਦੇ ਬਰਾਬਰ ਆ ਗਏ ਤੇ a ਕੰਪਲੀਮੈਂਟ into a 0 ਦੇ ਬਰਾਬਰ ਆ ਗਏ ਔਰ a ਕੰਪਲੀਮੈਂਟ ਕਿਹਦਾ ਐਲੀਮੈਂਟ b ਦਾ ਤਾਂ a ਕੰਪਲੀਮੈਂਟ ਵਾਸਤੇ ਇੱਕ ਹੋਰ ਐਲੀਮੈਂਟ a b ਦਾ ਹੀ ਆ ਗਿਆ ਸਾਈਡ ਦਾ a ਕੰਪਲੀਮੈਂਟ plus a 1 ਦੇ ਬਰਾਬਰ ਆ ਗਏ a ਕੰਪਲੀਮੈਂਟ into a 0 ਦੇ ਬਰਾਬਰ ਤਾਂ ਇਹ ਆਪਣੇ ਕੋਲੇ ਕੰਪਲੀਮੈਂਟ ਦੀ ਡੈਫੀਨੇਸ਼ਨ ਬਣ ਗਈ ਕਿ ਆ ਜਿਹੜਾ a ਆ ਉਹ a ਕੰਪਲੀਮੈਂਟ ਦਾ ਕੰਪਲੀਮੈਂਟ ਹੋ ਗਿਆ ਥੇਰਫੋਰ a ਇਜ਼ ਦੀ ਕੰਪਲੀਮੈਂਟ ਆਫ a ਕੰਪਲੀਮੈਂਟ ਥੇਰਫੋਰ a ਕੰਪਲੀਮੈਂਟ ਦਾ ਕੰਪਲੀਮੈਂਟ ਕਿਹਦੇ ਬਰਾਬਰ ਹੈ ਅੱਗੇ 11th ਪਾਰਟ ਸਟੂਡੈਂਟਸ a plus a ਕੰਪਲੀਮੈਂਟ into b equal to a plus b for all a comma b belongs to b 12th ਪਾਰਟ a into a ਕੰਪਲੀਮੈਂਟ plus b equal to a into b for all a comma b belongs to b ਤਾਂ 11th ਤੇ 12th ਪਾਰਟ ਵਾਸਤੇ ਕੀ ਹੈ ਕਿ ਜੇ ਬੋਲੀਅਨ ਅਲਜਬਰਾ b ਦੇ ਦੋ ਐਲੀਮੈਂਟ a ਤੇ b ਹੋਣ ਤਾਂ ਆਪਾਂ ਕੀ ਸ਼ੋ ਕਰਾਂਗੇ a into a ਕੰਪਲੀਮੈਂਟ plus b equal to a into b ਤੇ ਕੀ ਪ੍ਰੂਫ ਕਰਾਂਗੇ ਹੋਰ a plus a ਕੰਪਲੀਮੈਂਟ into b equal to a plus b ਤਾਂ ਸਟੂਡੈਂਟਸ ਦੇਖੋ ਕਿਵੇਂ ਪ੍ਰੂਫ ਕਰਦੇ a plus a ਕੰਪਲੀਮੈਂਟ into b ਤਾਂ ਕਿਹਦੇ ਇਕੁਅਲ ਆ ਗਿਆ ਆਪਣੇ ਕੋਲੇ ਇਹਨੂੰ ਸਟੂਡੈਂਟਸ ਮੈਂ ਡਿਸਟ੍ਰੀਬਿਊਟਿਵ ਲਾ ਸਕਦਾ ਇਹ ਡਾਇਰੈਕਟ ਲਗਾਣਾ ਤਾਂ ਕੀ ਬਣ ਗਿਆ ਇਹ ਬਣ ਗਿਆ a plus a ਕੰਪਲੀਮੈਂਟ
ਇਨਟੂ a ਪਲੱਸ b ਤੇ ਡਾਇਰੈਕਟਲੀ ਆਪਣੇ ਨੂੰ ਕਿਹੜਾ ਲਾ ਲਗਾਤਾ ਆਪਾਂ ਡਿਸਟ੍ਰਿਬਿਊਟਰ ਲਾ a ਪਲੱਸ a ਕੰਪਲੀਮੈਂਟ ਇਨਟੂ b ਤੇ ਕੀ ਲਗਾਤਾ a ਪਲੱਸ a ਕੰਪਲੀਮੈਂਟ ਇਨਟੂ a ਪਲੱਸ a b a ਪਲੱਸ a ਕੰਪਲੀਮੈਂਟ ਕਿਹਦੇ ਬਰਾਬਰ ਹੁੰਦਾ ਆਪਾਂ ਨੂੰ ਪਤਾ ਵਾ ਕੰਪਲੀਮੈਂਟ ਲਾ ਇਨਟੂ a ਪਲੱਸ b ਆ ਗਿਆ ਇਸ ਤੇ ਮੈਂ ਕਮਿਊਟੇਟਿਵ ਲਾ ਲਗਾਤਾ a ਪਲੱਸ b ਇਨਟੂ 1 ਔਰ ਆਪਾਂ ਨੂੰ ਪਤਾ a ਪਲੱਸ b ਇਨਟੂ 1 a ਪਲੱਸ b ਹੁੰਦਾ ਹੈਂਸ ਪ੍ਰੂਵ ਹੋ ਗਿਆ ਕਿ a ਪਲੱਸ a ਕੰਪਲੀਮੈਂਟ ਇਨਟੂ b ਇਕੁਅਲ ਟੂ a ਪਲੱਸ b ਡਿਵੈਲਪਡ ਪਾਰਟ ਕੀ ਆ a ਇਨਟੂ a ਕੰਪਲੀਮੈਂਟ ਪਲੱਸ b ਇਸ ਤੇ ਵੀ ਲਗਾਓ ਡਿਸਟ੍ਰਿਬਿਊਟਿਵ ਲਾ ਕਿਹਦੇ ਇਕੁਅਲ ਆ ਗਏ ਲੈਫਟ ਹੈਂਡ ਸਾਈਡ ਲਗਾ ਲੈ ਕੇ ਡਿਸਟ੍ਰਿਬਿਊਟਿਵ ਲਾ ਲਗਾ ਦੋ ਤਾਂ ਕੀ ਬਣ ਗਿਆ a ਇਨਟੂ a ਕੰਪਲੀਮੈਂਟ ਪਲੱਸ a ਇਨਟੂ b ਔਰ ਇਹਦੇ ਵਿੱਚ ਕੋਈ ਡਾਊਟ ਨਹੀਂ ਹੈ a ਇਨਟੂ a ਕੰਪਲੀਮੈਂਟ ਕਿਹਦੇ ਬਰਾਬਰ ਹੁੰਦਾ 0 ਪਲੱਸ a into b ਇੱਥੇ ਫਿਰ ਮੈਂ ਕਮਿਊਟੇਟਿਵ ਲਾ ਲਗਾਤਾ a into b plus 0 ਲੈ ਲਿਆ a into b plus 0 ਕਿਹਦੇ ਬਰਾਬਰ ਹੋ ਜੂ a into b ਹੈਂਸ ਸ਼ੋ ਹੋ ਜੂ a into a ਕੰਪਲੀਮੈਂਟ plus b equal to a into b ਨੈਕਸਟ ਪਾਰਟ ਸਟੂਡੈਂਟਸ 13th ਪਾਰਟ ਨੂੰ ਡੀ ਮਾਰਗਨਸ ਲਾ ਬੋਲਦੇ ਨੇ ਕਿ ਕੋਈ ਵੀ ਦੋ ਮੈਂਬਰ a ਤੇ b ਜੇ ਬੋਲੀਅਨ ਅਲਜਬਰ ਦੇ ਹੋਣਗੇ ਤਾਂ a ਪਲੱਸ b ਹੋਲ ਦਾ ਕੰਪਲੀਮੈਂਟ ਇਕੁਅਲ ਟੂ a ਕੰਪਲੀਮੈਂਟ ਇਨਟੂ b ਕੰਪਲੀਮੈਂਟ 14th ਪਾਰਟ a ਇਨਟੂ b ਹੋਲ ਦਾ ਕੰਪਲੀਮੈਂਟ ਇਕੁਅਲ ਟੂ a ਕੰਪਲੀਮੈਂਟ ਪਲੱਸ b ਕੰਪਲੀਮੈਂਟ ਤਾਂ ਮੈਂ ਦੋਨਾਂ ਚੋਂ ਇੱਕ ਕਰਾਉਂਦਾ ਸਟੂਡੈਂਟਸ ਕਿਉਂ ਕਿਉਂਕਿ ਜੇ ਇੱਕ ਸਟੇਟਮੈਂਟ ਟ੍ਰੂ ਹੋ ਗਈ ਔਰ ਬੋਲੀਅਨ ਅਲਜਬਰਾ ਤਾਂ ਆਪਣੇ ਕੋਲ 14th ਜਿਹੜਾ ਹੈ ਉਹ 13th ਦਾ ਡੂਅਲ ਆ ਕਿਉਂਕਿ ਪਲੱਸ ਨੂੰ ਡੋਟ 'ਚ ਚੇਂਜ ਕਰ ਦਿਉ ਔਰ ਡੋਟ ਨੂੰ ਪਲੱਸ 'ਚ ਚੇਂਜ ਕਰ ਦਿਉ ਤਾਂ ਡੂਅਲ ਜਿਹੜਾ ਹੈ ਉਹ ਆਪਣੇ ਆਪ ਹੀ ਹੋਲਡ ਹੋ ਜਾਂਦਾ ਹੁੰਦਾ ਅਤੇ ਆਪਾਂ ਕਹਿ ਸਕਦੇ ਹਾਂ ਕਿ 13th ਪਾਰਟ ਨੂੰ ਸੋਲਵ ਕਰਨ ਤੋਂ ਬਾਅਦ 14th ਆਲਰੇਡੀ ਟਰੂ ਹੋ ਗਿਆ ਨਹੀਂ ਤਾਂ ਤੁਸੀਂ ਇਹਦਾ ਇੰਡੀਪੈਂਡੈਂਟ ਪ੍ਰੂਫ ਆਪਣੇ ਆਪ ਹੀ ਟਰਾਈ ਕਰਕੇ ਦੇਖ ਤਾਂ 14th ਪਾਰਟ ਦੀ ਜਗ੍ਹਾ ਤੋਂ ਮੈਂ ਆਪਣੇ ਕੋਲ ਕਿਹੜਾ ਪਾਰਟ ਪ੍ਰੂਫ ਕਰਨ ਲੱਗਿਆ ਸਟੂਡੈਂਟ 13th ਪਾਰਟ ਪ੍ਰੂਫ ਕਰਨ ਲੱਗੇ ਤਾਂ 13th ਪਾਰਟ ਦੇਖ ਪ੍ਰੂਫ ਕੀ ਕਰਨਾ a plus b ਹੋਲ ਦਾ ਕੰਪਲੀਮੈਂਟ ਇਕੁਅਲ ਟੂ a ਕੰਪਲੀਮੈਂਟ ਇਨਟੂ b ਕੰਪਲੀਮੈਂਟ ਫੋਰ ਆਲ a ਕਮਾ b ਬਿਲੋਂਗਸ ਟੂ ਹੁਣ ਤੁਹਾਨੂੰ ਇੰਨੀ ਡੈਫੀਨੇਸ਼ਨ ਬਾਰੇ ਪਤਾ ਕਿ ਜੇ ਮੈਂ x ਦਾ ਕੰਪਲੀਮੈਂਟ ਇਕੁਅਲ ਟੂ y ਪ੍ਰੂਵ ਕਰਨਾ x ਦਾ ਕੰਪਲੀਮੈਂਟ ਕਿਹਦੇ ਬਰਾਬਰ ਪ੍ਰੂਵ ਕਰਨਾ y ਆਪਾਂ ਨੂੰ ਪ੍ਰੂਵ ਕੀ ਕਰਨਾ ਪੈਂਦਾ ਕੋਈ ਪ੍ਰੂਵ x plus y ਇਕੁਅਲ ਟੂ 1 ਐਂਡ x ਇਨਟੂ y ਇਕੁਅਲ ਟੂ 0 ਤਾਂ ਜੇ ਤੁਸੀਂ ਦੇਖੋ ਹੁਣ x ਪਲੱਸ y ਇਕੁਅਲ ਟੂ 1 ਤੇ x ਇਨਟੂ y ਇਕੁਅਲ ਟੂ 0 ਪ੍ਰੂਵ ਕਰ ਦਿੰਦਾ x ਦਾ ਕੰਪਲੀਮੈਂਟ y ਬਣੂ ਤਾਂ ਜੇ ਹੁਣ a ਪਲੱਸ b ਦਾ ਕੰਪਲੀਮੈਂਟ ਇਕੁਅਲ ਟੂ a ਕੰਪਲੀਮੈਂਟ ਇਨਟੂ b ਕੰਪਲੀਮੈਂਟ ਕਰਨਾ ਤਾਂ ਆਪਾਂ ਨੂੰ ਇਹ ਸ਼ੋਅ ਕਰਨਾ ਪੈਣਾ ਫੋਰ ਦਿਸ ਕੋਈ ਪ੍ਰੂਫ a ਪਲੱਸ b ਪਲੱਸ a ਕੰਪਲੀਮੈਂਟ ਇਨਟੂ b ਕੰਪਲੀਮੈਂਟ ਇਕੁਅਲ ਟੂ 1 ਐਂਡ ਦੂਸਰਾ ਕਿਹੜਾ a ਪਲੱਸ b ਇਨਟੂ a ਕੰਪਲੀਮੈਂਟ ਇਨਟੂ b ਕੰਪਲੀਮੈਂਟ ਇਕੁਅਲ ਟੂ 0 ਇਕੁਅਲ ਟੂ 0 ਤਾਂ ਸਟੂਡੈਂਟਸ ਇਹ ਦੇਖੋ ਕਿ ਆਪਾਂ ਫਸਟ ਪਹਿਲੋਂ ਪ੍ਰੂਵ ਕਿਵੇਂ ਕਰਦੇ ਹਾਂ ਨਾਓ a ਪਲੱਸ b ਪਲੱਸ a ਕੰਪਲੀਮੈਂਟ ਇਨਟੂ b ਕੰਪਲੀਮੈਂਟ ਤਾਂ ਤੁਸੀਂ ਇਸ ਤੇ ਡਿਸਟ੍ਰੀਬਿਊਟਿਵ ਲਾ ਲਗਾਓ ਕਿਵੇਂ ਇਸ ਨੂੰ ਇੱਕ ਮੰਨ ਇਸ ਨੂੰ ਦੂਸਰਾ ਇਸ ਨੂੰ ਤੀਸਰਾ ਤਾਂ ਕੀ ਸੀਗਾ a ਪਲੱਸ b ਇਨਟੂ c a ਪਲੱਸ b ਇਨ a ਪਲੱਸ b ਇਨਟੂ c ਕੀ ਸੀਗਾ a ਪਲੱਸ b ਇਨਟੂ a ਪਲੱਸ c ਤਾਂ ਵੀ ਇਹ ਲਿਖੋ a ਪਲੱਸ b ਕੀ ਬਣ ਗਿਆ a ਪਲੱਸ b ਪਲੱਸ a ਕੰਪਲੀਮੈਂਟ ਇਨਟੂ a ਪਲੱਸ c ਕੀ ਬਣ ਗਿਆ a ਪਲੱਸ b ਪਲੱਸ b ਕੰਪਲੀਮੈਂਟ ਹੁਣ ਇਹਦੇ ਉੱਤੇ ਲਗਾ ਦਿਓ ਕਮਿਊਟੇਟਿਵ ਲਾ a ਪਲੱਸ b ਨੂੰ ਲਿਖ ਲਓ b ਪਲੱਸ a ਪਲੱਸ a ਕੰਪਲੀਮੈਂਟ ਐਡਿਟਿਵਿਟੀ ਲੱਗਿਆ ਇਨਟੂ ਸੈਕਿੰਡ ਇਹ ਵੀ ਪਿਛਲੇ ਵਾਲਾ ਵੀ ਸੇਮ ਰੱਖਿਆ a ਪਲੱਸ b ਪਲੱਸ ਆਫ b ਹੁਣ ਇਸ ਤੇ ਲਗਾ ਦਿਓ ਐਸੋਸੀਏਟਿਵ ਲਾ b ਪਲੱਸ ਆਫ a ਪਲੱਸ a ਕੰਪਲੀਮੈਂਟ ਇਨਟੂ ਇੱਥੇ ਵੀ ਐਸੋਸੀਏਟਿਵ ਲਾ ਲਗਾ ਦਿਓ a ਪਲੱਸ ਆਫ b ਪਲੱਸ b ਕੰਪਲੀਮੈਂਟ ਔਰ ਆਪਾਂ ਨੂੰ ਸਟੂਡੈਂਟਸ ਇਹ ਪਤਾ ਕਿ a ਪਲੱਸ a ਕੰਪਲੀਮੈਂਟ ਕਿਹਦੇ ਹੁੰਦਾ 1 ਔਰ ਇਧਰੋਂ b ਪਲੱਸ b ਕੰਪਲੀਮੈਂਟ 1 ਤਾਂ ਚੇਂਜ ਕਰ ਦਿਓ ਕੀ ਬਣ ਗਿਆ b ਪਲੱਸ 1 ਇਨਟੂ a ਪਲੱਸ ਤਾਂ ਔਰ ਪਹਿਲੇ 7 ਪਾਰਟ ਚ ਪੜਿਆ ਸੀ a ਪਲੱਸ 1 ਇਕੁਅਲ ਟੂ 1 ਹੀ ਹੁੰਦਾ ਫੋਰ ਆਲ a belongs to b ਤਾਂ ਇਹਦੇ ਚ b ਪਲੱਸ 1 ਵੀ ਬਣ ਗਿਆ a ਪਲੱਸ 1 ਵੀ ਬਣ ਗਿਆ ਤਾਂ 1 ਇਨਟੂ 1 ਪਰ ਇਹ ਵੀ ਆਪਾਂ ਪੜ੍ਹਦੇ ਕਿ
a into 1 equal to a for all a belongs to b ਤਾਂ ਉਹਦੇ ਮੁਤਾਬਿਕ 1 into 1 b 1 ਦੇ ਬਰਾਬਰ ਆ ਗਿਆ ਤਾਂ ਪਹਿਲਾ ਕਨਸੈਪਟ ਡਨ ਹੋ ਗਿਆ a plus b plus a ਕੰਪਲੀਮੈਂਟ into b ਕੰਪਲੀਮੈਂਟ equal to now ਹੁਣ ਆਪਾਂ ਦੂਸਰਾ ਕਰਦੇ ਹਾਂ a plus b into a ਕੰਪਲੀਮੈਂਟ into b ਕੰਪਲੀਮੈਂਟ ਤਾਂ ਸਾਰਾ ਵੇਲਾ ਸਟੂਡੈਂਟਸ ਕੀ ਕਰਨਾ ਇਹਨੂੰ ਆਪਾਂ 0 ਦੇ ਬਰਾਬਰ ਸ਼ੋਅ ਕਰਨ ਲਈ ਪਹਿਲਾਂ ਕਮਿਊਟੇਟਿਵ ਲਾ ਹੋਲਡ ਇਹ ਤੇ ਲਗਾ ਲਓ ਕਮਿਊਟੇਟਿਵ ਲਾ ਜਦੋਂ ਆਪਾਂ ਲਗਾਵਾਂਗੇ ਤਾਂ a ਕੰਪਲੀਮੈਂਟ into b ਕੰਪਲੀਮੈਂਟ ਅੱਗੇ ਆ into a plus b ਵਾਧੇ ਵਿੱਚ ਰਹਿਦਾ ਤਾਂ ਸਟੂਡੈਂਟਸ ਇਸ ਤੇ ਵੀ ਡਿਸਟ੍ਰਿਬਿਊਟਿਵ ਲਾ ਲਗਾਉਣਾ ਇਹਨੂੰ ਸਮਝ ਲਓ ਤੁਸੀਂ x ਇਹਨੂੰ y ਇਹਨੂੰ z ਤਾਂ x into y plus z ਕੀ ਹੈ x into y plus x into z ਤਾਂ ਕੀ ਆ a ਕੰਪਲੀਮੈਂਟ into b ਕੰਪਲੀਮੈਂਟ into a plus a ਕੰਪਲੀਮੈਂਟ into b ਕੰਪਲੀਮੈਂਟ into a ਤਾਂ ਹੁਣ ਪਹਿਲੇ ਦੇ ਫਿਰ ਆਪਣੇ ਕੋਲੇ ਕਮਿਊਟੇਟਿਵ ਲਾ ਲਗਾ b ਕੰਪਲੀਮੈਂਟ into a ਕੰਪਲੀਮੈਂਟ into a ਪਲੱਸ ਦੂਸਰਾ ਹੈ ਜਿਹੜਾ ਰੱਖ ਲਓ a ਕੰਪਲੀਮੈਂਟ into b ਕੰਪਲੀਮੈਂਟ into a b ਹੁਣ ਪਹਿਲੇ ਤੇ ਵੀ ਆਈਸੋਸੈਲਿਵ ਲਾ ਲਗਾ ਦੋ ਦੂਜੇ ਤੇ ਵੀ ਆਈਸੋਸੈਲਿਵ ਲਾ ਲਗਾ ਦੋ ਤਾਂ ਕੀ ਬਣ ਜੂ b ਕੰਪਲੀਮੈਂਟ into a ਕੰਪਲੀਮੈਂਟ into a ਪਲੱਸ a ਕੰਪਲੀਮੈਂਟ into a b ਕੰਪਲੀਮੈਂਟ into b ਔਰ ਆਪਾਂ ਨੂੰ ਪਤਾ a into a ਕੰਪਲੀਮੈਂਟ ਕਿਹਦੇ ਬਣਦਾ 0 ਜਾਂ a ਕੰਪਲੀਮੈਂਟ into a ਕਿਹਦੇ ਬਣਦਾ 0 ਇੱਕੋ ਹੀ ਗੱਲ ਆ ਕੋਈ ਕਮਿਊਟੇਟਿਵ ਲਾ ਕਰਨ ਹੋਈ ਹੋ ਹੋਲਡ ਹੋਈ ਜਾਣਾ a ਕੰਪਲੀਮੈਂਟ into a ਤੇ 0 ਫਿੱਟ ਕਰ ਦੇ ਤੇ b ਕੰਪਲੀਮੈਂਟ into b 0 ਫਿੱਟ ਕਰ ਦੇ ਔਰ ਆਪਾਂ ਇਹ ਪ੍ਰਾਪਰਟੀ ਪੜ੍ਹੀ ਸੀ ਪਹਿਲੇ 7 ਦੇ ਵਿੱਚ ਕਿ a into 0 equal to 0 for all a belongs to b ਤਾਂ b ਕੰਪਲੀਮੈਂਟ into 0 ਉਹ ਵੀ 0 ਬਣ ਜਾਣਾ a ਕੰਪਲੀਮੈਂਟ into 0 ਉਹ ਵੀ 0 ਬਣ ਜਾਣਾ ਕੀ ਹੈ ਨਾ 0 + 0 ਔਰ ਇਹ ਵੀ ਪਤਾ a + 0 equal to a for all a belongs to b ਤਾਂ 0 + 0 equal to ਕੀ ਹੈ 0 ਤਾਂ ਦੇਰ ਪੂਰਾ ਦੋਨੇ ਦੇ ਦੋਨੇ ਹੋਲਡ ਹੋ ਗਏ ਕਿ a + b plus a complement into b complement equal to 1 ਤੇ ਦੂਸਰਾ ਕੀ ਸ਼ੋ ਕਰਤਾ a plus b into a complement into b complement equal to 0 ਤਾਂ ਇਹ ਸ਼ੋ ਹੋ ਗਿਆ ਕਿ a complement into b complement ਕਿਹਦਾ ਕੰਪਲੀਮੈਂਟ ਆ ਗਿਆ a plus b ਦਾ ਹੈਂਸ a plus b ਹੋ ਦਾ ਕੰਪਲੀਮੈਂਟ equal to a complement into b ਅਕੋਰਡਿੰਗ ਸਟੂਡੈਂਟਸ ਤੁਸੀਂ ਖੁਦ ਟਰਾਈ ਕਰ ਸਕਦੇ ਇਹਨੂੰ ਕਰਕੇ ਦੇਖ ਨਹੀਂ ਤਾਂ ਫਿਰ ਡੂਅਲ ਜਿਹੜੀ ਹੈ ਉਹ 13 ਦੀ ਹੈ ਤਾਂ ਡੂਅਲ ਆਪਣੇ ਆਪ ਇੰਟਰਵਿਊ ਹੋ ਜਾਂਦਾ ਕਿਉਂਕਿ ਇਹ ਬੋਲੀ ਜਾਂਦੀ ਹੈ ਤਾਂ ਸਟੂਡੈਂਟਸ ਆਪਾਂ ਇਸ ਲੈਕਚਰ ਦੇ ਵਿੱਚ ਫਿਲਹਾਲ ਜਿਹੜੇ ਆ 14 ਜਿਹੜੇ ਪਾਰਟ ਕਰ ਲਏ ਆ ਇਹ ਰਿਜ਼ਲਟਸ ਆਪਾਂ ਡਨ ਕਰ ਲਏ ਇਹਨੂੰ ਇੱਕ ਵਾਰੀ ਟਰਾਈ ਕਰਕੇ ਦੇਖੋ ਅਤੇ ਇਹਨੂੰ ਰਿਮੈਂਬਰ ਵੀ ਕਰੋ ਤਾਂ ਕਿ ਇਹਦੇ ਰਿਕਾਰਡਿੰਗ ਜਿਹੜੇ ਕੁਐਸਚਨ ਹੋਣਗੇ ਬੋਲੀ ਮੁਜਬਰੇ ਦੇ ਬੇਸ 'ਤੇ ਉਹ ਆਪਾਂ ਜਿਹੜੇ ਹੈ ਉਹ ਈਜ਼ੀਲੀ ਸੋਲਵ ਕਰ ਸਕੋ ਥੈਂਕ ਯੂ ਸੋ ਮਚ